और सब तो वध क्योंकि एक करंट टॉपिक चल रहा कुछ साढ़े वीर बच्चे डिब्रूगढ़ की जेल के लंबे आरसे के एन एस ए बंद आ और उन्होंने हुण कुछ उत्थे भुख हड़ताल रखी आ। भुख हड़ताल का उन्हों का मुख कारण सीगा कि उत्थे साड़ी प्राइवेसी जिहड़ी आ उहनू स्टेक ते लाया गया। वह की आ कि बाथरूमां दे विच कदे कैमरे नहीं लगते, जिन्नी सानू इनफॉर्मेशन मिली असी गए तो है नहीं भाई उत्थे जिहड़ी प्राइवेसी आ उहदे तक भी यह ह्यूमन राइट्स की वायोलेशन कर रहे आ। ते उह पंज दे विचों छेयां दे विचों तीन जिहड़े आ ਉਹ ਭੁੱਖ ਹੜਤਾਲ ਕਰਕੇ ਸੀਰੀਅਸ ਵੀ ਆ। ਇੱਕ ਨੂੰ ਕਿਡਨੀ ਦੀ ਪ੍ਰੋਬਲਮ ਆ, ਇੱਕ ਉਹਨਾਂ ਦੇ ਵਿੱਚੋਂ ਜਿਹੜਾ ਆਲਰੇਡੀ ਉਹਨੂੰ ਦਿਲ ਦਾ ਦੌਰਾ ਪੈਣ ਕਰਕੇ ਉਹਦੀ ਜੀਭ ਜਿਹੜੀ ਆ ਉਹ ਅੱਧੀ ਟੁੱਕੀ ਗਈ। ਅਤੇ ਇੱਕ ਹੋਰ ਸਾਡਾ ਸਿੰਘ ਜਿਹੜਾ ਉਹ ਵੀ ਇਸ ਗੱਲ ਤੋਂ ਪੀੜਤ ਆ, ਉਹ ਵੀ ਅਸੀਂ ਓਨਰੇਬਲ ਗਵਰਨਰ ਸਾਹਿਬ ਨੂੰ ਮੰਗ ਰੱਖੀ ਆ ਕਿ ਉਹ ਤਾਂ ਜੇਲ੍ਹ ਵਿੱਚ ਬੈਠੇ ਆ ਅਤੇ ਪਿੱਛੇ ਮਾਪੇ ਜਿਹੜੇ ਆ ਉਹ ਬੈਠੇ ਅੰਮ੍ਰਿਤਸਰ ਦੇ ਉਸ ਕੋਰੀਡੋਰ ਦੇ ਵਿੱਚ ਜਿੱਥੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਜਾਂਦੇ ਆ। ਅਤੇ ਉਹ ਅੱਜ ਸਵੇਰੇ ਵੀ ਮਿਲੇ ਸੀ ਸਾਨੂੰ ਅਤੇ ਅਸੀਂ ਇਹ ਵੀ ਮੰਗ ਕੀਤੀ ਆ ਮੁੱਖ ਆਪਣੇ ਗਵਰਨਰ ਸਾਹਿਬ ਤੋਂ ਕਿ ਪੰਜਾਬ ਦੀ ਸਰਕਾਰ ਇਨੀਸ਼ੀਏਟਿਵ ਲੈ ਕੇ ਲਾ ਐਂਡ ਆਊਟ ਦੀ ਕੋਈ ਸਿਚੁਏਸ਼ਨ ਨਾ ਹੋਵੇ, ਉਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਜਾਵੇ। ਸੋ ਇਹ ਤਿੰਨ ਮੁੱਖ ਤੌਰ ਦੇ ਉੱਤੇ ਸਾਡੇ ਅੱਜ ਦੇ ਏਜੰਡੇ। ਸਭ ਤੋਂ ਜਿਹੜੀ ਪ੍ਰਾਇਓਰਟੀ ਸੀ ਸਾਡੀ ਉਹ ਸੁਲਤਾਨਪੁਰ ਦਾ ਗੋਲੀ ਕਾਂਡ ਸੀ ਗੁਰਦੁਆਰਾ ਅਕਾਲੀ ਬੁੰਗਾ ਵਿਖੇ, ਔਰ ਇਹਨਾਂ ਦੇ ਵਿੱਚ ਗਵਰਨਰ ਸਾਹਿਬ ਨੇ ਕਿਹਾ ਵੀ ਇਹਦੀ ਇੰਪਾਰਸ਼ਲ ਤੌਰ 'ਤੇ ਜੁਡੀਸ਼ਲ ਇਨਕੁਆਇਰੀ ਦਾ ਵੀ ਉਹ ਕਹਿੰਦੇ ਮੈਂ ਕਰੂੰਗਾ, ਉਹਦੀ ਇੱਕ ਦੋ ਦਿਨਾਂ ਦੇ ਵਿੱਚ ਸਾਨੂੰ ਸਾਰੀ ਜਿਹੜੀ ਰਿਪੋਰਟ ਆ ਜਾਊਗੀ। ਸੋ ਇਸੇ ਕਰਕੇ ਅਸੀਂ ਇਹ ਤਿੰਨ ਮੁੱਦੇ ਜਿਹੜੇ ਵਿੱਚੋਂ ਕਿ ਸੁਲਤਾਨਪੁਰ ਲੋਧੀ ਦੇ ਅਸਲ ਕੌਣ ਜਿਨ੍ਹਾਂ ਨੇ ਇਹ ਗੋਲੀ ਦੀ ਉੱਥੇ ਹੁਕਮ ਚਾੜਿਆ, ਪੁਲਿਸ ਅੰਦਰ ਦੇ ਜਾਣ ਦੀ ਜਿਹੜੀ ਹਕਮਾਕਤ ਕੀਤੀ ਆ ਉਹਦੇ ਲਈ ਅਸੀਂ ਸਾਰੇ ਮਿਲ ਕੇ ਆਏ ਹਾਂ। ਅਤੇ ਮੁੱਖ ਗਵਰਨਰ ਸਾਹਿਬ ਨੇ ਸਾਨੂੰ ਅਸ਼ੋਰੈਂਸ ਵੀ ਦਿੱਤੀ ਆ ਕਿ ਹਮੇਸ਼ਾ ਹੀ ਜਸਟਿਸ ਪ੍ਰਵੇਲ ਕਰਦੀ ਆ ਅਤੇ ਅਸੀਂ ਇਹਨਾਂ ਦੇ ਵਿੱਚ ਵੀ ਤੁਹਾਡੇ ਨਾਲ ਜਸਟਿਸ ਕਰਨ ਦਾ ਯਤਨ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਰ।